ਹਾਰੇ ਕਾ ਸਹਾਰਾ ਖਾਟੂ ਸ਼ਾਮ ਹਮਾਰਾ। ਕੁਰਾਲੀ ਸ਼ਹਿਰ ਦੇ ਵਿੱਚ ਜੋ 13 ਫਰਵਰੀ ਨੂੰ ਇੱਕ ਸ਼ੋਭਾ ਯਾਤਰਾ ਨਿਕਲ ਰਹੀ ਹੈ ਅਤੇ 14 ਫਰਵਰੀ ਨੂੰ ਖਾਟੂ ਸ਼ਾਮ ਜੀ ਦਾ ਮੰਦਰ ਜੋ ਬਣ ਕੇ ਤਿਆਰ ਹੋ ਗਿਆ, ਸੋ ਉੱਥੇ ਮੂਰਤੀ ਸਥਾਪਨਾ ਹੋ ਰਹੀ ਹੈ, ਪ੍ਰਾਣ ਪ੍ਰਤਿਸ਼ਠਾ ਹੋ ਰਹੀ ਹੈ ਖਾਟੂ ਸ਼ਾਮ ਜੀ ਦੀ। ਸੋ ਵੱਖ ਵੱਖ ਘਰਾਂ ਦੇ ਵਿੱਚ, ਸ਼ਰਧਾਲੂਆਂ ਦੇ ਘਰ, ਕੁਰਾਲੀ ਸ਼ਹਿਰ ਦੇ ਵਿੱਚ ਘਰ ਘਰ ਦੇ ਵਿੱਚ ਜੋ ਕੀਰਤਨ ਕੀਤੇ ਜਾ ਰਹੇ ਸੀ ਕੀਰਤਨ ਮੰਡਲੀ ਦੇ ਵੱਲੋਂ, ਅਤੇ ਅੱਜ ਇਹ ਕੀਰਤਨ ਦੀ ਸਮਾਪਤੀ ਹੋਈ ਹੈ। ਸੋ ਇਹ 12ਵਾਂ ਕੀਰਤਨ ਸੀ ਜੋ 1 ਫਰਵਰੀ ਤੋਂ ਲੈ ਕੇ 12 ਤਰੀਕ ਤੱਕ ਇਹ ਕੀਰਤਨ ਚੱਲੇ ਨੇ। ਸੋ ਅੱਜ ਇਹ ਜੋ ਕੀਰਤਨ ਹੋਇਆ ਹੈ ਇਹ ਲਾਸਟ ਕੀਰਤਨ ਹੋਇਆ ਹੈ 12 ਫਰਵਰੀ ਨੂੰ। ਸੋ ਤੁਹਾਨੂੰ ਇੱਥੋਂ ਦੀਆਂ ਝਲਕੀਆਂ ਵੀ ਦਿਖਾਉਂਦੇ ਹਾਂ ਅਤੇ ਮੰਡਲੀ ਵਾਲੀਆਂ ਦੇ ਨਾਲ, ਬੀਬੀਆਂ ਦੇ ਨਾਲ ਆਪਾਂ ਗੱਲਬਾਤ ਵੀ ਕਰਦੇ ਹਾਂ, ਅਤੇ ਆਓ ਇਹ ਜਾਣਕਾਰੀ ਦੇਖਣ ਲਈ ਬਣੇ ਰਹੋ ਸਾਡੇ ਇਹ ਧਮਾਨ ਚੈਨਲ ਦੇ ਨਾਲ। ਬੋਲੋ ਹਾਰੇ ਕੇ ਸਹਾਰੇ ਕੀ ਜੈ। ਸਾਰੇ ਸ਼ਾਮ ਪ੍ਰੇਮੀਆਂ ਨੂੰ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ। ਜੋ ਸਾਡਾ ਉਦੇਸ਼ ਸੀਗਾ 1 ਤਾਰੀਖ ਤੋਂ ਲੈ ਕੇ 13 ਤਾਰੀਖ ਤੱਕ ਹਰ ਹਰ ਬਾਲਾ ਜੀ ਘਰ ਘਰ ਬਾਲਾ ਜੀ ਦੇ ਤਹਿਤ ਘਰ ਘਰ ਕੀਰਤਨ ਹੋਇਆ ਜੀ। ਉਸ ਦਾ ਮਹਿਲਾ ਸੰਕੀਰਤਨ ਮੰਡਲੀ ਦੇ ਵਿੱਚ ਬਹੁਤ ਹੀ ਬੜਾ ਇੱਕ ਸਹਿਯੋਗ ਰਿਹਾ ਸਾਡੇ ਕੋਲ, ਅਸੀਂ ਉਹਨਾਂ ਦੇ ਬਹੁਤ ਹੀ ਰਿਣੀ ਹਾਂ। ਔਰ ਸਾਰੀਆਂ ਭੈਣਾਂ ਨੂੰ ਬੇਨਤੀ ਕਰਦੇ ਹਾਂ ਕਿ ਕੱਲ੍ਹ ਠੀਕ 11:30 ਵਜੇ ਖਾਟੂ ਸ਼ਾਮ ਜੀ ਤੋਂ ਨਿਸ਼ਾਨ ਯਾਤਰਾ ਸ਼ੁਰੂ ਹੋਵੇਗੀ, ਜਿਸ ਦੇ ਵਿੱਚ ਸਾਰੀਆਂ ਭੈਣਾਂ ਵੀਰ ਸਭ ਸਹਿਯੋਗ ਦੇਵੇ। ਅਸੀਂ ਅਨੀਤਾ ਭੈਣ ਜੀ ਦਾ ਬਹੁਤ ਬੜਾ ਸਹਿਯੋਗ ਹੈ ਸਾਡਾ ਕੀਰਤਨ ਮੰਡੀ ਵੱਲੋਂ, ਔਰ ਖੜੇ ਅਨੀਤਾ ਭੈਣ ਜੀ ਨੇ ਇੱਧਰ ਪਿੱਛੇ
ਦੋਵੇਂ ਰੀਤਾ ਭੈਣ ਜੀ ਨੇ ਬਹੁਤ ਹੀ ਬਹੁਤ ਬੜਾ ਸਾਨੂੰ ਯੋਗਦਾਨ ਦਿੱਤਾ ਹੈ ਸ਼੍ਰੀ ਸ਼ਿਆਮ ਪ੍ਰੇਮੀ ਮੰਡਲ ਕੁਰਾਲੀ ਨੂੰ, ਮਹਿਲਾ ਸੰਕੀਰਤਨ ਮੰਡਲੀ ਦਾ ਬਹੁਤ ਬਹੁਤ ਧੰਨਵਾਦ।
ਸਾਰੀ ਚੈਨੀ ਉਹ ਭੰਗੜਾ ਦਾ ਸਜਣਾ ਆਹ
Thank you.
ਹਾਂਜੀ ਅਨੀਤਾ ਰਾਣਾ ਜੀ, ਜੋ ਖਾਟੂ ਸ਼ਾਮ ਜੀ ਦਾ ਮੰਦਰ ਬਿਲਕੁਲ ਤਿਆਰ ਹੋ ਗਿਆ 14 ਤਰੀਕ ਨੂੰ ਮੂਰਤੀ ਸਥਾਪਨਾ, ਅਤੇ ਕੱਲ੍ਹ ਜਾਣੀ ਕਿ 13 ਫਰਵਰੀ ਨੂੰ ਸ਼ੋਭਾ ਯਾਤਰਾ। ਸੋ ਜਿਹੜੇ ਘਰ ਘਰ ਦੇ ਵਿੱਚ ਕੀਰਤਨ ਕੀਤੇ ਜਾਂਦੇ ਸੀ ਕੁਰਾਲੀ ਸ਼ਹਿਰ ਦੇ ਵਿੱਚ ਵੱਖ ਵੱਖ ਸ਼ਰਧਾਲੂਆਂ ਦੇ, ਸੋ ਅੱਜ ਉਹਦੀ ਸਮਾਪਤੀ ਹੋਈ ਆ। ਕੀ ਕਹਿਣਾ ਤੁਹਾਡਾ ਅਤੇ ਕਿਸ ਤਰ੍ਹਾਂ ਦਾ ਰਿਹਾ ਇਹ ਪ੍ਰੋਗਰਾਮ? ਦੇਖੋ ਜੀ, ਅਸੀਂ ਪਹਿਲੀ ਤੋਂ ਕੀਰਤਨ ਸ਼ੁਰੂ ਕੀਤੇ ਸੀ, ਪਹਿਲਾਂ ਤਾਂ ਬੋਲੋ ਖਾਟੂ ਨਰੇਸ਼ ਕੀ ਜੈ, ਮੋਰਵੀ ਕੇ ਲਾਲ ਕੀ ਜੈ। ਅਸੀਂ ਪਹਿਲੀ ਤਰੀਕ ਤੋਂ ਕੀਰਤਨ ਸ਼ੁਰੂ ਕੀਤੇ ਸੀ, ਔਰ ਕੀਰਤਨ 'ਚ ਮੇਰੀ ਜਿੰਨੀਆਂ ਵੀ ਭੈਣਾਂ ਭਾਬੀਆਂ ਬਹੁਤ ਵੱਧ ਚੜ੍ਹ ਕੇ ਮੇਰਾ ਸਾਥ ਦੇ ਆ, ਔਰ ਬਹੁਤ ਖੂਬ ਘੁੰਮਾ ਕੇ ਕੀਰਤਨ ਹੋਏ ਨੇ, ਔਰ ਸਾਨੂੰ ਦਾਨ ਵੀ ਵੱਧ ਤੋਂ ਵੱਧ ਲੋਕਾਂ ਨੇ ਦਿੱਤਾ, ਇਸ ਕਰਕੇ ਅਸੀਂ ਸਾਡਾ ਸਮਾਪਤ ਦਾ ਦਿਨ ਅੱਜ 12 ਤਰੀਕ ਤੱਕ, ਅਸੀਂ ਵੀ ਬਹੁਤ ਖੁਸ਼ ਹਾਂ ਜੀ ਇਸ ਆਨੰਦ ਦੇ ਨਾਲ ਆ, ਵੀ ਜਿੰਨਾ ਸਾਨੂੰ ਕੀਰਤਨਾਂ ਦਾ ਆਨੰਦ ਖਾਟੂ ਬਾਬਾ ਜੀ ਦੇ ਆਇਆ ਨਾ, ਮੈਂ ਕਹਿੰਦੀ ਜ਼ਿੰਦਗੀ 'ਚ ਸਾਨੂੰ ਕਦੇ ਆਨੰਦ ਨਹੀਂ ਮਿਲਿਆ, ਔਰ ਜਿਹੜਾ ਸਾਨੂੰ ਖਾਟੂ ਜੀ ਨੇ ਸਾਡੀ ਮੇਰੀ ਝੋਲ ਸਾਡੀ ਝੋਲੀਆਂ ਵੀ ਭਰਦੀ, ਮੇਰੀ ਤਾਂ ਭਰ ਦਿੱਤੀ ਹੈ, ਮੇਰੀ ਤਾਂ ਬਾਬਾ ਜੀ ਨੇ ਭਰ ਦਿੱਤੀ। ਖਾਟੂ ਸ਼ਾਮ ਪਿਆਰੇ ਕੀ ਜੈ। ਸੋ ਇਹ ਨਿਰਵਿਘਨ ਮਤਲਬ ਕਿ ਪ੍ਰੋਗਰਾਮ ਚੱਲੇ ਨੇ, ਬੜੀ ਸ਼ਰਧਾ ਭਾਵਨਾ ਰਹੀ ਆ ਸ਼ਰਧਾਲੂਆਂ ਦੇ ਵਿੱਚ ਅਤੇ ਤੁਹਾਡੇ ਸਾਰੇ ਮੰਡਲੀ ਦੇ ਵਿੱਚ। ਹਾਂਜੀ ਬਿਲਕੁਲ, ਸਭ ਨੇ ਪੂਰਾ ਸਾਥ ਦਿਆ ਹਮਾਰਾ ਕੀਰਤਨੋਂ ਮੇਂ, 12 ਦਿਨ ਤੱਕ ਚੱਲੇ ਆ ਇਹ, ਸ਼ਾਮ ਫੇਰੀਆਂ ਹੋਈਆਂ ਏ, ਸਭ ਨੇ ਪੂਰੇ ਜੋਸ਼ 'ਤੇ ਸਭ ਨੇ ਸਾਥ ਦਿਆ ਏ, ਬਹੁਤ ਜ਼ਿਆਦਾ ਸਾਥ ਦਿਆ, ਸਭ ਦਾ ਬਹੁਤ ਬਹੁਤ ਧੰਨਵਾਦ, ਸਭ ਕਾ ਸਾਥ ਦੇਣੇ ਕੇ ਲੀਏ ਬਹੁਤ ਬਹੁਤ ਧੰਨਵਾਦ। ਕੱਲ੍ਹ ਜੋ ਹੈ ਸ਼ੋਭਾ ਯਾਤਰਾ ਏ, ਹਾਂਜੀ ਇਕੱਲਾ ਕੋਈ ਕੁਛ ਨਹੀਂ ਕਰ ਸਕਦਾ, ਸਭ ਕੇ ਸਾਥ ਨਾਲ ਹੀ ਹੁੰਦਾ ਏ, ਸਭ ਕਾ ਸਹਿਯੋਗ ਸਾਨੂੰ ਬਹੁਤ ਜ਼ਿਆਦਾ ਰਿਹਾ, ਸਭ ਨੇ ਬਹੁਤ ਜ਼ਿਆਦਾ ਸਹਿਯੋਗ, ਬਹੁਤ ਦੂਰ ਦੂਰ 'ਤੇ ਜਿਹਨਾਂ ਨੇ ਮੇਰੇ ਨਾਲ ਸਾਥ ਦਿਆ, ਬਹੁਤ ਦੂਰ ਤੋਂ ਧੁਰ ਪਈ ਹੈ, ਇਹ ਦੇਖੋ ਪੁੜਕੋੜ ਤੋਂ ਆਉਂਦੇ ਸੁਨੀਤਾ ਸ਼ਰਮਾ ਜੀ, ਠੀਕ ਹੈ, ਅਤੇ ਸੀਮਾ ਦਮਾਂ ਜੀ ਪੁੜਕੋੜ ਤੋਂ ਆਉਂਦੇ ਨੇ, ਮੇਰਾ ਪੂਰਾ ਸਾਥ ਯਾਨੀ ਕਿ ਹੁੰਮ ਮਾ ਕੇ ਇਹਨਾਂ ਨੇ ਮੈਂ ਦਿੱਤਾ, ਰਾਤ ਨੇ ਬਹੁਤ ਲੇਟ ਵੀ ਹੋ ਜਾਂਦੀ ਹੈ ਜੀ, ਫਿਰ ਵੀ ਇਹ ਮੇਰੇ ਪਿੱਛਾ ਨਹੀਂ ਛੱਡਿਆ, ਕਿਉਂਕਿ ਮੈਂ ਇਹਨਾਂ ਦੀ ਬਹੁਤ ਰਿਣੀ ਰਹੂੰਗੀ, ਦੇਖੋ ਕੀਤਾ ਇਹਨਾਂ ਨੇ ਬਾਬੇ ਵਾਸਤੇ, ਪਰ ਸਾਥ ਤਾਂ ਮੇਰਾ ਦਿਆ ਭਗਵਾਨ ਦੇ ਦੱਸਦੇ ਆ। ਸੋ ਤੁਸੀਂ ਵੀ ਹਰ ਰੋਜ਼ ਆਉਂਦੇ ਰਹੋ, ਕਿੰਨੇ ਵਜੇ ਆ ਜਾਂਦੇ ਸੀਗੇ? ਅਸੀਂ 4-4:30 ਦੇ ਕਰੀਬ ਆਉਂਦੇ ਸੀ, ਆ ਜਾਂਦੇ ਹਾਂਜੀ, ਸ਼ਾਮ ਨੂੰ ਫਿਰ ਲੇਟ, ਸ਼ਾਮ ਨੂੰ 7:30, ਉਸ ਤੋਂ ਬਾਅਦ ਘਰ ਦਾ ਕੰਮ ਵੀ ਦੇਖਣਾ? ਕੋਈ ਨਹੀਂ ਜੀ, ਕਰਨਾ, ਭਗਵਾਨ ਦੀ ਕਿਰਪਾ ਹੈ, ਆਪ ਹੀ ਕਰ ਦਿੰਦੇ ਆ ਖਾਟੂ ਸ਼ਾਮ ਦਾ ਜੋ ਕੀਰਤਨ ਹੋਇਆ ਉਹ ਸਾਰਿਆਂ ਨੂੰ ਲਾਈਫ ਇਹਨਾਂ ਨੇ ਦਿਖਾਇਆ, ਪਰਮਾਤਮਾ ਇਹਨਾਂ ਦਾ ਚੈਨਲ ਨੂੰ ਚੜ੍ਹਦੀ ਕਲਾ 'ਚ ਰੱਖੇ ਖਾਟੂ ਸ਼ਾਮ ਜੀ, ਔਰ ਸਾਨੂੰ ਬਹੁਤ ਹੀ ਪਿਆਰ ਮਿਲਿਆ, ਮੈਨੂੰ ਤਾਂ ਬਹੁਤ ਹੀ ਅੱਛਾ ਲੱਗਿਆ ਕਿ ਵੀ ਜਿਸ ਤਰ੍ਹਾਂ ਮੈਨੂੰ ਅਨੀਤਾ ਮੈਡਮ ਜੀ ਦਾ ਫੋਨ ਆਇਆ ਕਿ ਵੀ ਜੀ ਅਸੀਂ ਕੀਰਤਨ ਸਟਾਰਟ ਕਰਨਾ, ਮੈਂ ਕਿਹਾ ਮੈਡਮ ਜੀ ਤੁਸੀਂ ਕਰੋ, ਅਸੀਂ ਤੁਹਾਡੇ ਸਾਥ ਹੀ ਹੈ, ਅਸੀਂ ਹਰ ਟਾਈਮ ਤੁਹਾਡੇ ਨਾਲ ਰਹੋਂਗੇ, ਔਰ ਅਸੀਂ ਭਾਗਾਂ ਵਾਲੇ ਹਾਂ ਜੀ ਜੋ ਇਹਨਾਂ ਨੇ ਸਾਨੂੰ ਖਾਟੂ ਸ਼ਾਮ ਦੇ ਕੀਰਤਨ ਦੇ ਵਿੱਚ ਬੁਲਾਇਆ, ਨਹੀਂ ਤਾਂ ਅਸੀਂ ਤਾਂ ਆਪਣੇ ਕੰਮਾਂ ਕਾਰਾਂ 'ਚ ਬਿਜ਼ੀ ਸੀ। ਹੁਣ ਕੱਲ੍ਹ ਸ਼ੁਭ ਯਾਤਰਾ ਹੈ ਜੀ, ਉਹਦੇ ਵਿੱਚ ਸਾਰੇ ਸੰਗਤ ਨੂੰ ਜੀ ਇਹ ਬੇਨਤੀ ਹੈ ਕਿ ਵੀ ਆਪਣਾ ਸਾਰੇ ਖਾਟੂ ਸ਼ਾਮ ਦੀ ਜੋ ਪ੍ਰਕਰਮਾ ਹੋਣੀ ਆ ਉਹਦੇ ਵਿੱਚ ਸਾਰੇ ਵੱਧ ਚੜ੍ਹ ਕੇ ਹਿੱਸਾ ਲੈਣ, ਔਰ ਹੋ ਸਕੇ ਤਾਂ ਸਾਰੇ ਜੈਲੋ ਕੱਪੜੇ ਲਾਲ ਚੁੰਨੀਆਂ ਭਗਵਾਂ ਮਹਿਰੂਨ ਚੁੰਨੀਆਂ ਲੈ ਕੇ ਆਪਣਾ ਸਾਰੇ ਕੀਰਤਨ ਦੇ ਵਿੱਚ ਪਹੁੰਚਣ। ਸੋ ਤੁਸੀਂ, ਮੈਂ ਨਾ ਮਾਨਵੀਰ ਜੀ ਦੇ ਚੈਨਲ ਦੇ ਥਰੂ ਕਹਿਣਾ ਚਾਹੁੰਦੀ ਹਾਂ, ਮਹੀਨੇ 'ਚ 2 ਕਾਸ਼ਤੀਆਂ ਆਉਂਦੀਆਂ ਨੇ, ਔਰ 2 ਕਾਸ਼ਤੀਆਂ ਨੂੰ ਤੇ ਕੀਰਤਨ 20 ਵੀ ਕੀਰਤਨ ਹੈਗਾ, ਔਰ 2 ਕਾਸ਼ਤੀਆਂ ਨੂੰ ਕੀਰਤਨ ਮੰਦਰ 'ਚ ਹੋਇਆ ਕਰੂਗਾ, ਸਾਰੀ ਭੈਣਾਂ ਨੇ ਪਹੁੰਚਣ ਦੀ ਕਿਰਪਾ ਕਰਨੀ, ਔਰ ਕੱਲ੍ਹ ਨੂੰ ਵੀ 11:30-12 ਵਜੇ
ਲਾਲਾਣੇ ਪੀਰ ਸਾਹਿਬ ਚਾਹੁੰਦਾ ਦਰਬਾਰ ਵਾਰਡ ਨੰਬਰ 14 ਪਹੁੰਚਣ ਦੀ ਕਿਰਪਾ ਕਰੇ ਔਰ ਮਾਨ ਸਾਹਿਬ ਜੀ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿਉਂਕਿ ਇਹਨਾਂ ਨੇ ਸਾਡਾ ਹਰ ਟਾਈਮ ਸਾਥ ਦਿੱਤਾ, ਭੈਣਾਂ ਨੇ ਤਾਂ ਦਿੱਤਾ ਹੀ ਦਿੱਤਾ ਸਾਨੂੰ ਮਾਨ ਸਾਹਿਬ ਜੀ ਨੇ। ਸ਼ਾਮ ਦਾ ਟਾਈਮ ਹੋਏ ਕਰੂੰਗਾ, ਅੱਛਾ 4 ਵਜੇ ਅੱਛਾ 3 ਤੋਂ ਹੋ ਜੂਗਾ, 3 ਤੋਂ 4 ਤੋਂ ਹੋ ਜੂਗਾ, ਪਰ ਟਾਈਮ ਦਾ ਹਜੇ ਨਿਯੁਕਤ ਨਹੀਂ ਹੈਗਾ, ਪਰ ਕੀਰਤਨ 2-1 ਨੂੰ ਹੋਇਆ ਤੁਹਾਡਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਦਈਏ ਕਿਉਂਕਿ ਤੁਸੀਂ ਵੀ ਸਾਡਾ ਪੂਰਾ ਸਾਥ ਦਿੱਤਾ। ਬਿਲਕੁਲ 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 ਬਹੁਤ ਸਾਥ ਦਿਆ ਬਈ। ਇੱਕ ਵੀਰ ਜੀ ਖੁਸ਼ੀ ਸਾਨੂੰ ਇਹ ਆ ਕਿ ਮਤਲਬ ਕਿ ਸਾਡੇ ਇੱਥੇ ਕੁਰਾਲੀ ਸ਼ਹਿਰ ਦੇ ਵਿੱਚ ਖਾਟੂ ਸ਼ਾਮ ਜੀ ਦਾ ਮੰਦਿਰ ਬਣ ਰਿਹਾ ਹੈ ਨਾ, ਬਹੁਤ ਖੁਸ਼ੀ ਆ ਇਹ। ਔਰ ਦੂਜੀ ਖੁਸ਼ੀ ਇਹ ਆ ਕਿ ਅਸੀਂ ਇੰਨੇ ਦਿਨ ਆਪਣੇ ਮਤਲਬ ਕਿ ਆਪਣੀ ਮੰਡਲੀ ਨਾਲ ਜੁੜੇ ਰਹੇ, ਬਾਬਾ ਸ਼ਾਮ ਦਾ ਰੋਜ਼ ਅਸੀਂ ਨਾਮ ਜਾਪ ਕਰਦੇ ਹੈ ਨਾ, ਕੀਰਤਨ ਕਰਦੇ, ਬਹੁਤ ਜ਼ਿਆਦਾ ਖੁਸ਼ੀ ਸਾਨੂੰ ਇਸ ਚੀਜ਼ ਦੀ। ਸੋ 2 ਦਿਨ ਹੋਰ ਰਹਿ ਗਏ ਤੁਹਾਨੂੰ ਤਕਰੀਬਨ ਇਕੱਠੇ ਹੋਣ ਦੇ ਲਈ, ਉਸ ਤੋਂ ਬਾਅਦ ਫਿਰ ਤੁਸੀਂ ਫਿਰ ਆਪੋ ਆਪਣੇ ਕਾਰੋਬਾਰਾਂ ਦੇ ਵਿੱਚ ਕੰਮਾਂ ਦੇ ਵਿੱਚ ਲੱਗ ਜਾਣਾ, ਸੋ ਜਿਹੜੇ ਇਹ ਦਿਨ ਤੀਆਂ ਵਾਂਗੂ ਲੰਘੇ ਨੇ ਤੇ ਫਿਰ ਬਾਅਦ ਚ ਕਿਸ ਤਰ੍ਹਾਂ ਮਹਿਸੂਸ ਹੋ? ਬਸ ਜੀ ਉਹ ਤਾਂ ਹੁਣ ਤੁਹਾਨੂੰ ਪਤਾ ਹੀ ਆ ਵੀ ਹੁਣ, ਪਰ ਅਸੀਂ ਅੱਗੇ ਨੂੰ ਸੋਚ ਰਹੇ ਹਾਂ ਕਿ ਇਹ ਇੱਕ ਵਾਰੀ ਫਿਰ ਮਿਲਣ ਦਾ ਮੌਕਾ ਮਹੀਨੇ ਦੇ ਵਿੱਚ 1 ਜਾਂ 2 ਵਾਰ ਅਸੀਂ ਕਰੇ, 2 ਇਕਾਦਸ਼ੀਆਂ ਨੂੰ ਅਸੀਂ ਕੀਰਤਨ ਕਰਿਆ ਕਰਾਂਗੇ, ਔਰ ਜੋ ਵੀ ਕੋਈ ਕੀਰਤਨ ਕਰਾਉਣ ਦਾ ਚਾਹਵਾਨ ਹੋਵੇ ਖਾਟੂ ਸ਼ਾਮ ਮੰਦਿਰ ਦੇ ਵਿੱਚ ਅਸੀਂ ਕੀਰਤਨ ਕਰਾਂਗੇ। ਸਾਨੂੰ ਤਾਂ ਵਿਆਹ ਵਾਂਗੂ ਚਾਅ ਚੜਿਆ ਪਿਆ ਵਾ ਇਸ ਚੀਜ਼ ਦਾ ਹੈ ਨਾ, 10-12 ਦਿਨ ਹੋ ਗਏ ਲੱਗਿਆ ਨੂੰ, 2 ਦਿਨ ਹਜੇ ਹੋਰ ਰਹਿ ਗਏ, ਪਰ ਹੁਣ ਦਿਲ ਨੂੰ ਹੌਲ ਜਿਹਾ ਪੈਂਦਾ ਵੀ ਹੁਣ ਅੱਗੇ ਕਿਵੇਂ ਹੋਊਗਾ ਨਾ। ਤੇ 14 ਤਾਰੀਖ ਦੀ ਜਿਹੜੀ ਮੂਰਤੀ ਪ੍ਰਾਣ ਪ੍ਰਤਿਸ਼ਠਾ ਹੈ, ਸਵੇਰ ਟਾਈਮ ਹਵਨ ਯੱਗੇ ਹੋਊਗਾ, ਕੀਰਤਨ ਹੋਊਗਾ, ਉਹਦੇ ਬਾਅਦ ਲੰਗਰ ਪ੍ਰਸ਼ਾਦ ਹੋਊਗਾ, ਸਾਰੇ ਜ਼ਰੂਰ ਪਹੁੰਚਣ। ਕੋਈ ਪਤਾ ਨਹੀਂ ਦਿੱਲੀ ਜਾਊਗਾ ਕਿ ਨਹੀਂ, ਪਰ ਮੈਂ ਦਿੱਲੀ ਤਾਂ ਜਾਣੇ ਜਾਣੇ, ਮੇਰੇ ਤਾਂ 2 ਚੱਕਰ ਵੀ ਬਾਬੇ ਕੋਲ ਲੱਗਣੇ ਨਹੀਂ ਲੱਗਣੇ। ਸਾਨੂੰ ਬਹੁਤ ਬਹੁਤ ਖੁਸ਼ੀ ਹੈ ਕਿ ਅਯੋਧਿਆ ਵਿੱਚ ਰਾਮ ਮੰਦਿਰ ਔਰ ਕੁਰਾਲੀ ਵਿੱਚ ਸ਼ਾਮ ਮੰਦਿਰ। ਬੋਲ ਹਾਰੇ ਕੇ ਸਹਾਰੇ ਕੀ ਜੈ। ਤੁਸੀਂ ਵੀ ਭਜਨ ਬੋਲਦੇ ਰਹੇ ਹੋ ਹਰ ਰੋਜ਼, ਕੋਈ ਦਿਨ ਵੀ ਤੁਸੀਂ ਮਿਸ ਨਹੀਂ ਕੀਤਾ ਹੈਗਾ, ਤੇ 2 ਦਿਨ ਹੋਰ ਹੈ, ਉਸ ਤੋਂ ਬਾਅਦ ਫਿਰ ਤੁਸੀਂ ਵੀ ਕਾਰੋਬਾਰ ਦੇ ਵਿੱਚ ਵੀ ਘਰਾਂ ਦੇ ਰੁਝੇਵਿਆਂ ਦੇ ਵਿੱਚ ਬੰਦਾ ਬਿਜ਼ੀ ਹੋ ਜਾਂਦਾ, ਸੋ ਦਿਨ ਤਾਂ ਇਹ ਬਹੁਤ ਵਧੀਆ ਲੰਘੇ ਨੇ, ਫਿਰ ਥੋੜ੍ਹਾ ਥੋੜ੍ਹਾ ਤੁਹਾਨੂੰ ਮਹਿਸੂਸ ਕੀ ਹੋਊਗਾ? ਸਾਨੂੰ ਤਾਂ ਐਂ ਲੱਗ ਰਿਹਾ ਅਸੀਂ ਬਹੁਤ ਮਿਸ ਕਰਾਂਗੇ ਇਹ ਦਿਨ ਜਿਹੜੇ ਅਸੀਂ ਇੰਜੋਏ ਕੀਤੇ, ਬਾਬਾ ਜੀ ਦਾ ਕੀਰਤਨ ਕੀਤਾ, ਗੁਣਗਾਨ ਕੀਤਾ, ਔਰ ਅਸੀਂ ਬਾਬਾ ਜੀ ਨੂੰ ਕਹਿੰਦੇ ਕਿ ਬਾਰ ਬਾਰ ਦਿਨ ਆਉਣ, ਅਸੀਂ ਕੀਰਤਨ ਕਰਵਾਈਏ ਬਾਰ ਬਾਰ ਉਹਨਾਂ ਦਾ। ਸਾਡੇ ਵੱਲੋਂ ਇਹ ਦੁਆਵਾਂ ਕਿ ਤੁਹਾਡੇ ਕੀਰਤਨ ਇਸ ਤਰ੍ਹਾਂ ਹੀ ਚੱਲਦੇ ਰਹਿਣ, ਸੋ ਖਾਟੂ ਸ਼ਾਮ ਦੇ ਮੰਦਿਰ ਦੇ ਵਿੱਚ ਵੀ ਕੋਈ 10 ਦਿਨ ਬਾਅਦ 1 ਅੱਧਾ ਮਤਲਬ ਕਿ ਕੀਰਤਨ ਕਰੂੰਗੇ ਜੀ, ਮਹੀਨੇ ਮੈਂ 2 ਇਕਾਦਸ਼ੀਆਂ ਆਉਂਦੀਆਂ, ਦੋਨੋਂ ਇਕਾਦਸ਼ੀਆਂ ਨੂੰ ਕੀਰਤਨ ਹੋਏ ਮੰਦਿਰ ਦੇ ਵਿੱਚ। ਬੋਲ ਹਾਰੇ ਕੇ ਸਹਾਰੇ ਕੀ ਜੈ, ਖਾਟੂ ਸ਼ਾਮ ਪਿਆਰੇ ਕੀ ਜੈ। Thank you.
ਦੁਆਰੇ ਉੱਤੇ